ਜੈ ਗੁਰਦੇਵ ਧੰਨ ਗੁਰਦੇਵ। ਅੱਜ ਸਾਡੇ ਰਹਿਬਰ ਸੰਤ ਸਿਪਾਹੀ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਮਹਾਰਾਜ, ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਖਵਾਸਪੁਰ ਰੋਪੜ ਵਿੱਚ ਜਨਮ ਲਿਆ, ਔਰ ਜਨਮ ਲੈਣ ਤੋਂ ਬਾਅਦ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਐਜ਼ ਏ ਸਾਇੰਟਿਸਟ ਉਹਨਾਂ ਨੇ ਬੰਬ ਬਣਾਉਣ ਦੀ ਫੈਕਟਰੀ 'ਚ ਜੌਬ ਕੀਤੀ। ਲੇਕਿਨ ਇੱਕ ਐਪੀਸੋਡ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਜਿਹੜਾ ਐਪੀਸੋਡ ਸੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਲਿਖੀ ਹੋਈ ਬੁੱਕ ਜਾਤ ਪਾਤ ਦਾ ਬੀਜ ਨਾਸ਼, ਜਿਹੜੀ ਇਹਨਾਂ ਨੂੰ ਸਪੁਰਦ ਕੀਤੀ ਗਈ ਦੀਨਾ ਭਾਨਾ ਜੀ ਵੱਲੋਂ, ਔਰ ਉਹ ਬੁੱਕ ਪੜ੍ਹਨ ਤੋਂ ਬਾਅਦ ਉਹਨਾਂ ਦਾ ਜੀਵਨ ਹੀ ਬਦਲ ਗਿਆ। ਉਹਨਾਂ ਨੇ ਆਪਣੀ ਜੌਬ ਨੂੰ ਤਿਆਗ ਕੇ, ਆਪਣੀ ਪਰਿਵਾਰਕ ਜ਼ਿੰਦਗੀ ਨੂੰ ਤਿਆਗ ਕੇ ਘਰੋਂ ਸੰਨਿਆਸ ਲੈ ਲਿਆ, ਜੌਬ ਤੋਂ ਸੰਨਿਆਸ ਲੈ ਲਿਆ, ਔਰ ਘਰ ਵੱਲ ਛੱਡ ਕੇ ਪੂਰੀ ਮਾਨਵਤਾ ਦੀ ਭਲਾਈ ਲਈ, ਬਹੁਜਨ ਸਮਾਜ ਨੂੰ ਇਕਜੁੱਟ ਕਰਨ ਦੇ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਬੀੜਾ ਚੁੱਕ ਕੇ ਜੋ ਇੱਕ ਕਸਮ ਖਾਧੀ ਕਿ ਮੈਂ ਸਾਹਿਬ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜੋ ਮਿਸ਼ਨ ਅੱਜ ਖਤਮ ਹੋਇਆ ਹੈ ਉਹਨੂੰ ਜਨ ਜਨ ਤੱਕ, ਘਰ ਘਰ ਤੱਕ ਪਹੁੰਚਾਵਾਂਗਾ, ਜਿਹਨੂੰ ਲੈ ਕੇ ਉਹਨਾਂ ਨੇ ਪੈਦਲ ਯਾਤਰਾਵਾਂ ਸ਼ੁਰੂ ਕੀਤੀਆਂ, ਸਾਈਕਲ 'ਤੇ ਯਾਤਰਾ ਸ਼ੁਰੂ ਕੀਤੀ, ਔਰ ਪੂਰੀ ਜ਼ਿੰਦਗੀ ਉਹਨਾਂ ਨੇ ਸਮਾਜ ਦੇ ਲੇਖੇ ਲਾ ਤੀ। ਆਪਣਾ ਪਰਿਵਾਰਕ ਜੀਵਨ ਨਹੀਂ ਬਣਾਇਆ, ਕੋਈ ਪ੍ਰੋਪਰਟੀ ਨਹੀਂ ਬਣਾਈ, ਕੋਈ ਘਰ ਨਹੀਂ ਬਣਾਇਆ, ਔਰ ਇੱਕ ਪਰਣ ਕਰ ਲਿਆ ਸੀ ਕਿ ਮੈਂ ਬਹੁਜਨ ਸਮਾਜ ਨੂੰ ਅਜੇ ਮੁਕਤੀ ਦਵਾ ਸਕਦਾ ਹਾਂ ਅਤੇ ਮੈਨੂੰ ਆਪਣਾ ਸਭ ਕੁਝ ਜਗਣਾ ਪਏਗਾ। ਜਦੋਂ ਆਪਾਂ ਸੈਲਫਿਸ਼ ਹੋ ਜਾਂਦੇ ਹਾਂ ਅਤੇ ਆਪਾਂ ਆਪਣੇ ਸਮਾਜ ਦਾ ਕੁਛ ਵੀ ਨਹੀਂ ਸਵਾਰ ਸਕਦੇ, ਤਾਂ ਸਾਹਿਬ ਸ਼੍ਰੀ ਕਾਂਛੀ ਰਾਮ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹੇ ਲਿਖੇ ਲੋਕ ਨੂੰ ਇਕੱਠਾ ਕਰਕੇ ਉਹਨਾਂ ਨੇ ਬਾਂਬ ਸਿਫਤ ਤਿਆਰ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਰਾਜਨੀਤਿਕ DS4 ਬਣਾਈ। DS4 ਤੋਂ ਬਾਅਦ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ, ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਕਹਿੰਦੇ ਸੀ ਕਿ ਸਾਰੇ ਦੁੱਖਾਂ ਦੀ ਚਾਬੀ ਜਿਹੜੀ ਆ ਉਹ ਪਾਰਲੀਮੈਂਟ ਹਾਊਸ 'ਤੇ ਕਬਜ਼ਾ ਕਰਨ ਤੋਂ ਬਾਅਦ ਹੀ ਤੁਹਾਡੇ ਦੁੱਖ ਨਿਵਾਰਨ ਹੋ ਸਕਦੇ ਹਨ, ਜਿਹਨੂੰ ਲੈ ਕੇ ਮਾਨਯੋਗ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਮਹਾਰਾਜ ਨੇ ਆਪਣੀ ਜੀਵਨ ਦੇ ਵਿੱਚ ਜੋ ਉਹਨਾਂ ਦੀ ਕਹੀ ਹੋਈ ਜੋ ਉਹਨਾਂ ਦੀ ਭਵਿੱਖਬਾਣੀ ਸੀ ਉਹਨੂੰ ਪੂਰਾ ਕਰਨ ਦੇ ਲਈ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ, ਔਰ ਉਹਦੇ ਮਾਧਿਅਮ ਤੋਂ ਉਹਨਾਂ ਨੇ ਆਪਣੇ ਸਮਾਜ ਦੀ ਰਾਜਨੀਤਿਕ ਔਰ ਸੋਸ਼ਲ ਜੋ ਉਹਨਾਂ ਦੀ ਸੀ ਜੋ ਉਹਨਾਂ ਦੀ ਹਰ ਤਰ੍ਹਾਂ ਦੀ ਤਰੱਕੀ ਦੇ ਲਈ ਉਹਨਾਂ ਨੇ ਪੂਰਾ ਜ਼ੋਰ ਲਗਾਇਆ, ਔਰ ਅੱਜ ਉਹ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਸਾਨੂੰ ਜ਼ਿੰਦਗੀ ਦਾਨ ਦੇ ਕੇ ਸਾਹਿਬ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜੋ ਮਿਸ਼ਨ ਜਿਹੜੀ ਉਹਨਾਂ ਦੀ ਵਿਚਾਰਧਾਰਾ ਸਾਡੇ ਸਮਾਜ ਤੱਕ ਨਹੀਂ ਪਹੁੰਚ ਪਾ ਰਹੀ ਸੀ ਉਹਨੂੰ ਸਾਡੇ ਸਮਾਜ ਤੱਕ ਪਹੁੰਚਾਇਆ। ਅਗਰ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਇੱਥੇ ਜਨਮ ਨਾ ਲੈਂਦੇ ਤਾਂ ਸਾਡੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਮਹਾਰਾਜ ਦੀ ਜੋ ਵਿਚਾਰਧਾਰਾ ਸ਼ਾਇਦ ਅਸੀਂ ਤੋਂ ਜਾਣੂ ਨਾ ਹੋ ਪਾਉਂਦੇ, ਔਰ ਉਹ ਸਾਨੂੰ ਅੱਜ ਦੇ ਦਿਨ ਸਦਾ ਵਾਸਤੇ ਅਲਵਿਦਾ ਕਹਿ ਕੇ ਚਲੇ ਗਏ। ਉਹ ਸਰੀਰਕ ਤੌਰ 'ਤੇ ਤਾਂ ਸਾਨੂੰ ਵਿਛੋੜਾ ਦੇ ਗਏ ਹਨ, ਬਟ ਉਹਨਾਂ ਦੀ ਜਿਹੜੀ ਵਿਚਾਰਧਾਰਾ ਜੋ ਸਾਨੂੰ ਉਹਨਾਂ ਨੇ ਦੇ ਕੇ ਗਏ ਹਨ ਉਹ ਕਦੇ ਵੀ ਨਹੀਂ ਮਰੇਗੀ, ਕਿਉਂਕਿ ਜਿਹੜੇ ਮਰਿਆ ਉਹ ਲੋਕ ਕਰਦੇ ਹਨ ਜਿਹੜੇ ਸਮਾਜ ਦੇ ਨਾਲ ਗਦਾਰੀਆਂ ਕਰਦੇ ਹਨ, ਕੌਮ ਦੇ ਨਾਲ ਧੋਖੇ ਕਰਦੇ ਹਨ, ਉਹ ਮਰਿਆ ਕਰਦੇ ਹਨ। ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਹੁੰਦੇ ਹਨ, ਮਹਾਂਪੁਰਸ਼ ਹੁੰਦੇ ਹਨ, ਸੰਤ ਸਿਪਾਹੀ ਹੁੰਦੇ ਹਨ, ਉਹ ਕਦੇ ਵੀ ਨਹੀਂ ਮਰਿਆ ਕਰਦੇ। ਅੱਜ ਸਾਡੇ ਵਿੱਚ ਉਹ ਮੌਜੂਦ ਹਨ, ਅੱਜ ਉਹਨਾਂ ਦੀ ਬਣਾਈ ਹੋਈ ਬਹੁਜਨ ਸਮਾਜ ਪਾਰਟੀ ਸਾਡੇ ਵਿੱਚ ਮੌਜੂਦ ਹੈ, ਤਾਂ ਅਸੀਂ ਉਹਨਾਂ ਦੇ ਅੱਜ ਮਹਾਂਪ੍ਰੀ ਨਿਰਮਾਣ ਦਿਵਸ 'ਤੇ ਫੋਟਨ ਫੋਟਨ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਨਮਨ ਕਰਦੇ ਹਾਂ, ਉਹਨਾਂ ਨੂੰ ਪੁਸ਼ਪ ਅਰਪਿਤ ਕਰਦੇ ਹਾਂ, ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਯੋਧੇ ਜੋ ਸੂਰਵੀਰ ਹਨ ਸਾਡੇ ਸਮਾਜ ਦੇ ਵਿੱਚ ਜਨਮ ਲੈ ਕੇ ਆਉਣਗੇ, ਤਦ ਹੀ ਅੱਜ ਜੋ ਸਾਡਾ ਸਮਾਜ ਕੁਰੀਤੀਆਂ ਵੱਲ ਤੁਰਿਆ ਹੋਇਆ ਹੈ, ਆਪਣੇ ਅਸਲੀ ਮੁੱਦਿਆਂ ਤੋਂ ਭਟਕਿਆ ਹੋਇਆ ਹੈ, ਤਦ ਹੀ ਉਹਨਾਂ ਦਾ ਉਧਾਰ ਹੋ ਸਕੇਗਾ, ਤਾਂ ਹੀ ਸਾਡੀ ਜੋ ਅੱਜ ਵੀ ਅਸੀਂ ਨਾ ਬਰਾਬਰਤਾ ਦਾ ਜੋ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਕੋਡ ਚੱਲਿਆ ਹੋਇਆ, ਜਾਤ ਪਾਤ ਦਾ ਕੋਡ ਚੱਲਿਆ ਹੋਇਆ,
ਔਰ ਫਿਰਕਾ ਪ੍ਰਸਤੀ ਦਾ ਜੋ ਭ੍ਰਿਸ਼ਟਾਚਾਰੀ ਦਾ ਚੱਲ ਰਿਹਾ ਹੈ ਉਹ ਤਦ ਹੀ ਖਤਮ ਹੋਏਗਾ। ਤੋ ਮੈਂ ਦੁਬਾਰਾ ਸਾਹਿਬ ਸ਼੍ਰੀ ਗੰਜ ਸ਼੍ਰੀ ਰਾਮ ਜੀ ਮਹਾਰਾਜ ਦੇ ਚਰਨਾਂ ਕੋਟਨ ਕੋਟਨ ਨਮਨ ਕਰਦੀ ਹਾਂ। ਆਓ ਆਪਾਂ ਸਭ ਸਮਾਜ ਬਹੁਜਨ ਸਮਾਜ ਇਕੱਠਾ ਹੋ ਕੇ ਉਹਨਾਂ ਦੀ ਜੋ ਦਿੱਤੀ ਹੋਈ ਵਿਚਾਰਧਾਰਾ ਉਹਨੂੰ ਜਨ ਜਨ ਤੱਕ ਪਹੁੰਚਾਈਏ, ਇੱਕਜੁੱਟ ਹੋਈਏ। ਇਹੀ ਉਹਨਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਏਗੀ। ਔਰ ਮੈਂ ਫਗਵਾੜੇ ਦੀਆਂ ਸੰਗਤਾਂ ਨੂੰ ਅਪੀਲ ਕਰਦੀ ਹਾਂ ਕਿ ਬਹੁਜਨ ਸਮਾਜ ਪਾਰਟੀ ਦਾ ਜੋ ਕੈਂਡੀਡੇਟ ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਜੋ ਜੀਵਨੀ ਚੋਣ ਲੜਨ ਜਾ ਰਹੇ ਨੇ, ਅੱਜ ਪੂਰੇ ਤਨੋ ਮਨੋ ਤਨੋ ਸਮਾਜ ਦੀ ਸੇਵਾ ਕਰਨ 'ਤੇ ਉਹ ਲੱਗੇ ਹੋਏ ਹਨ ਔਰ ਬਹੁਤ ਹੀ ਸੁਲਝੇ ਹੋਏ ਸਾਡੇ ਉਹ ਬਹੁਤ ਹੀ ਵਧੀਆ ਯੋਧੇ ਹਨ ਜਿਨ੍ਹਾਂ ਨੂੰ 21 ਅਕਤੂਬਰ ਨੂੰ ਵੋਟ ਪਾ ਕੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਨੂੰ ਤੁਸੀਂ ਆਪਣਾ ਵਿਧਾਨ ਸਭਾ 'ਚ ਭੇਜੋ ਤਾਂ ਜੋ ਫਗਵਾੜੇ ਦੀ ਜੋ ਨੁਹਾਰ ਹੀ ਬਦਲ ਦੇਣਗੇ। ਕਿਉਂਕਿ 70 ਸਾਲ ਤੋਂ ਤੁਸੀਂ ਆਪਾਂ ਸਾਰੀਆਂ ਪਾਰਟੀਆਂ ਨੂੰ ਵੋਟ ਪਾ ਕੇ ਆਪਾਂ ਸਭ ਦਾ ਦੇਖ ਲਿਆ ਕਿ ਗਰੀਬਾਂ ਦੀ ਕੋਈ ਵੀ ਗੱਲ ਸੁਣਨ ਵਾਲਾ ਅੱਜ ਸਾਡੇ ਵਿੱਚ ਨਹੀਂ ਹੈ। ਤੋ ਮੈਂ ਦੁਬਾਰਾ ਅਪੀਲ ਕਰਦੀ ਹਾਂ ਕਿ ਅਗਰ ਆਪਾਂ ਸਾਰੇ ਸਮਾਜ ਬਹੁਜਨ ਸਮਾਜ ਦਾ ਉਧਾਰ ਕਰਨਾ ਹੈ, ਉਹਨਾਂ ਦੀ ਡਿਵੈਲਪਮੈਂਟ ਕਰਨੀ ਹੈ ਤਾਂ ਆਓ ਆਪਾਂ ਸਾਰੇ ਆਪਣਾ ਇੱਕ ਇੱਕ ਕੀਮਤੀ ਵੋਟ ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਨੂੰ ਪਾ ਕੇ 21 ਅਕਤੂਬਰ ਨੂੰ ਹਾਥੀ ਦੇ ਮੋਹਰ ਲਗਾ ਕੇ ਆਪਾਂ ਉਹਨਾਂ ਨੂੰ MLA ਬਣਾਈਏ ਤਾਂ ਜੋ ਫਗਵਾੜੇ ਦੇ ਵਿੱਚ ਵਧੀਆ। ਕਿਉਂਕਿ ਜਿਹੜਾ ਬੰਦਾ ਗਰਾਊਂਡ ਗਰੀਬੀ 'ਚੋਂ ਨਿਕਲਿਆ ਹੋਏਗਾ ਉਹਨੂੰ ਗਰੀਬਾਂ ਦਾ ਦਰਦ ਪਤਾ ਹੋਏਗਾ, ਉਹਨਾਂ ਨੂੰ ਗਰੀਬਾਂ ਦੀ ਪੁਕਾਰ ਪਤਾ ਹੋਏਗੀ ਕਿ ਕੀ ਚਾਹੀਦਾ ਹੈ। ਅੱਜ ਜੋ ਸਾਡਾ ਹਰ ਪਾਸਿਓਂ ਸਾਡਾ ਪਿਛੜਿਆ ਜਾ ਰਿਹਾ ਹੈ, ਸਾਡਾ ਦੇਸ਼ ਡੁੱਬਦਾ ਜਾ ਰਿਹਾ ਹੈ ਔਰ ਫਗਵਾੜੇ ਦੇ ਵਿੱਚ ਇੰਨੀ ਹਾਲਾਤ ਮਾੜੇ ਹਨ, ਅਗਰ ਆਪਾਂ ਉੱਥੇ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਤਦ ਹੀ ਜੀਵਾਂਗੇ। ਜੇ ਅਸੀਂ ਸੱਚਾ ਸੁੱਚਾ ਸਾਫ਼ ਸੁਥਰਾ ਆਪਾਂ ਲੀਡਰ ਚੁਣਾਂਗੇ, ਆਓ ਭਗਵਾਨ ਦਾਸ ਸਿੱਧੂ ਜੀ ਨੂੰ ਇੱਕ ਕੀਮਤੀ ਵੋਟ ਪਾ ਕੇ ਆਪਾਂ ਉਹਨਾਂ ਨੂੰ MLA ਬਣਾਈਏ ਤਾਂ ਜੋ ਵਿਧਾਨ ਸਭਾ 'ਚ ਪਹੁੰਚ ਕੇ ਜੋ ਫਗਵਾੜੇ ਦੇ ਮੁੱਦੇ ਹਨ ਉਹਨਾਂ ਨੂੰ ਚੱਕ ਕੇ ਉੱਥੇ ਡਿਵੈਲਪਮੈਂਟ ਕਰਾਈ ਜਾ ਸਕੇ। ਸਾਰਿਆਂ ਨੂੰ ਜੈ ਭੀਮ ਜੈ ਭਾਰਤ।